ਪੰਜਾਬੀ ਸਾਹਿਤ ਨਾਲ ਪੰਜਾਬੀ ਅਦਬ ਨਾਲ ਤੇ ਪੰਜਾਬੀ ਸੱਭਿਆਚਾਰ ਨਾਲ ਮੁਹੱਬਤ ਕਰਨ ਵਾਲੇ ਮੇਰੇ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਦੋਸਤੋ ਦਸਾਵੇਜ YouTube ਚੈਨਲ ਤੇ ਤੁਹਾਡੇ ਆਪਣੇ ਹੀ ਨਿਰੰਝਨ ਬੋਹਵਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਚੈਨਲ ਤੇ ਬੁੱਧਵਾਰ ਵਾਲਾ ਦਿਨ ਅਸੀਂ ਪੰਜਾਬੀ ਸਾਹਿਤ ਦੀਆਂ ਨਵੀਆਂ ਛਪੀਆਂ ਪੁਸਤਕਾਂ ਬਾਰੇ ਚਰਚਾ ਕਰਨ ਲਈ ਰਾਖਮਾ ਰੱਖਿਆ ਹੋਇਆ ਹੈ ਤੇ ਇਸੇ ਲੜੀ ਤਹਿਤ ਅੱਜ ਆਪਾਂ ਸਾਡੇ ਪ੍ਰਬੁੱਧ ਨਾਵਲਕਾਰ ਨਾਟਕਕਾਰ ਭਪਿੰਦਰ ਸਿੰਘ ਰੈਣਾ ਦੇ ਨਵੇਂ ਛਪਕਿਆ ਨਾਵਲ ਇਨਸਾਫ ਕਿੱਥੇ ਹੈ ਬਾਰੇ ਚਰਚਾ ਕਰਾਂਗੇ ਦੋਸਤੋ ਭਪਿੰਦਰ ਸਿੰਘ ਰੈਣਾ ਪਿਛਲੇ 5 ਦਹਾਕਿਆਂ ਤੋਂ ਗੈਰ ਪੰਜਾਬੀ ਭਾਸ਼ਾਈ ਸੂਬੇ ਜੰਮੂ ਕਸ਼ਮੀਰ ਚ ਰਹਿ ਕੇ ਨਿਰੰਤਰ ਪੰਜਾਬੀ ਭਾਸ਼ਾ ਦੀ ਸੇਵਾ ਕਰ ਰਿਹਾ ਹੈ ਨਾਵਲ ਕਵਤਾ ਤੇ ਨਾਟਕ ਦੇ ਖੇਤਰ ਚ ਕਾਰਜਸ਼ੀ ਰਹਿਨੇ ਆ ਉਸ ਇਸ ਭਾਸ਼ਾ ਦੇ ਸਾਹਿਤ ਚ ਇੱਕ ਦਰਜਨ ਪੁਸਤਕਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ ਹੈ ਉਸ ਦੇ ਨਾਵਲ ਜਿੱਥੇ ਸਮਾਜਿਕ ਆਰਥਿਕ ਰਾਜਨੀਤਿਕ ਤੇ ਸੱਭਿਆਚਾਰਕ ਤਬਦੀਲੀਆਂ ਦੇ ਤੇਜ਼ ਰਫਤਾਰ ਦੌਰ ਤੋਂ ਲੰਘ ਰਹੇ ਅਜੋਕੇ ਮਨੁੱਖ ਦੇ ਸੁਭਾਅ ਸੋਚ ਅਮਲ ਤੇ ਵਰਤੋਂ ਵਿਵਹਾਰ ਚ ਆ ਰਹੇ ਵੱਡੇ ਬਦਲਾਵਾਂ ਦੀ ਸਫਲ ਨਿਸ਼ਾਨਦੇਹੀ ਕਰਦੇ ਨੇ ਉਥੇ ਇਹਨਾਂ ਬਦਲਾਵਾਂ ਦੀ ਮਨੁੱਖਤਾ ਹਿੱਤੂ ਜਾ ਮਨੁਖਤਾ ਵਿਰੋਧੀ ਤਾਸੀਰ ਨੂੰ ਵੀ ਉਚੇਚੇ ਤੌਰ ਤੇ ਆਪਣੇ ਵਿਸ਼ਲੇਸ਼ਣੀ ਬੋਧ ਦਾ ਹਿਸਾਬ ਲਾਉਂਦੇ ਨੇ ਇਸ ਸੰਦਰਭ ਚ ਉਸ ਦਾ ਨਵਾਂ ਨਾਵਲ ਇਨਸਾਫ ਕਿੱਥੇ ਹੈ ਦੇਸ਼ ਦੇ ਮੌਜੂਦਾ ਆਰਥਿਕ ਤੇ ਰਾਜਸੀ ਢਾਂਚੇ ਚ ਆਏ ਪੂੰਜੀਵਾਦੀ ਤਰਜ਼ ਦੇ ਬਦਲਾਵਾਂ ਨੂੰ ਵੱਡੇ ਸਵਾਲਾਂ ਦੇ ਘੇਰੇ ਚ ਲਿਆ ਕੇ ਇਸ ਸਿੱਟੇ ਨੂੰ ਉਚੇਚੇ ਤੌਰ ਤੇ ਵਾਰਦਾ ਹੈ ਕਿ ਇਹ ਵਿਵਸਥਾ ਨਾਤਾ ਲੋਕੀਤੂ ਹੈ ਤੇ ਨਾ ਹੀ ਇਨਸਾਫ ਕਰਨ ਵਾਲੀ ਹੈ ਜਿਸ ਸਮਾਜਿਕ ਆਰਥਿਕ ਰਾਜਨੀਤਿਕ ਤੇ ਨਾਇਕ ਅਵਸਥਾ ਚ ਘਨਿਆ ਵਰਗੇ ਸੰਵਿਧਾਨ ਦਾ ਸਤਕਾਰ ਕਰਨ ਵਾਲੇ ਲੋਕਾਂ ਨੂੰ ਪੈਰ ਪੈਰ ਤੇ ਸਜ਼ਾ ਮਿਲ ਰਹੀ ਹੋਵੇ ਤੇ ਸੰਵਿਧਾਨਕ ਕਾਨੂੰਨਾਂ ਦੀਆਂ ਧਜੀਆਂ ਉਡਾਉਣ ਵਾਲੇ ਦਵੇਦੀ ਵਰਗੇ ਪੁਲਿਸ ਅਧਿਕਾਰੀਆਂ ਨੂੰ ਤਰੱਕੀਆਂ ਇਸ ਤਾਰਾਂ ਨਾਲ ਨਵਾਜਿਆ ਜਾ ਰਿਹਾ ਹੋਵੇ ਉਸ ਅਵਸਥਾ ਨੂੰ ਭੋਗਦਿਆਂ ਭਪਿੰਦਰ ਸਿੰਘ ਰੈਣਾ ਵਰਗੇ ਹਰਸਵਿੰਦਰ ਸ਼ੀਲ ਤੇ ਜਾਗਰੂਕ ਲੇਖਕ ਅੰਦਰ ਹੂਕ ਵਰਗੀ ਇਹ ਆਵਾਜ਼ ਪੈਦਾ ਹੋਣਾ ਸੁਭਾਵਿਕ ਹੈ ਕਿ ਆਖਰ ਇਨਸਾਫ਼ ਕਿੱਥੇ ਹੈ ਦੋਸਤੋ ਨਾਵਲ ਦੀ ਕਹਾਣੀ ਦਲਤ ਨੌਜਵਾਨ ਕਹਿੰਦੇ ਕਿਆ ਤੇ ਬ੍ਰਾਹਮਣ ਜਾਤੀ ਦੀ ਕੁੜੀ ਸੀਮਾ ਦੇ ਪ੍ਰੇਮ ਸਬੰਧਾਂ ਤੋਂ ਸ਼ੁਰੂ ਹੁੰਦੀ ਹੈ ਭਾਵੇਂ ਕਨਿਆ ਸੀਮਾ ਦੇ ਮੁਕਾਬਲੇ ਬਹੁਤ ਘੱਟ ਪੜਿਆ ਲਿਖਿਆ ਤੇ ਗਰੀਬ ਹੈ ਪਰ ਪਿਆਰ ਭਾਵਨਾਵਾਂ ਦਾ ਤੀਬਰ ਵੇਗ ਜਾਤ ਪਾਤ ਅਮੀਰ ਗਰੀਬ ਦੀਆਂ ਸਭ ਦੀਵਾਰਾਂ ਤੋੜ ਦਿੰਦਾ ਹੈ ਸਰੀਰਕ ਤੇ ਮਾਨਸਿਕ ਨੀੜਤਾ ਵੱਧ ਜਾਣ ਤੇ ਉਹ ਸੀਮਾ ਦੇ ਮਾਪਿਆਂ ਦੀ ਮਰਜ਼ੀ ਤੋਂ ਉਲਟ ਆਰੀਆ ਸਮਾਜ ਦੇ ਮੰਦਰ ਚ ਵਿਆਹ ਕਰਵਾ ਲੈਂਦੇ ਨੇ ਤਾਂ ਸੀਮਾ ਨੂੰ ਆਪਣੇ ਮਾਪਿਆਂ ਦੇ ਸੰਭਾਵਿਤ ਵਿਰੋਧਾ ਸਾਹਮਣਾ ਕਰਨਾ ਪੈਂਦਾ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਨਵੇਂ ਪਰਿਵਾਰਕ ਮੈਂਬਰ ਵਜੋਂ ਸਹਿਜ ਰੂਪ ਚ ਸਤਿਕਾਰ ਕਰ ਲੈਂਦਾ ਪਰ ਪੇਕਾ ਪਰਿਵਾਰ ਉਸ ਨੂੰ ਆਪਣੇ ਲਈ ਮਰਿਆ ਘrar ਦੇ ਕੇ ਉਸ ਨਾਲ ਹਮੇਸ਼ਾ ਲਈ ਸੰਬੰਧ ਤੋੜਨ ਦੀ ਗੱਲ ਕਰਦਾ ਹੈ 12 ਸਾਲ ਦਾ ਸਮਾਂ ਬੀਤ ਜਾਣ ਤੇ ਸੀਮਾ ਵੱਲੋਂ ਕੀਤੀ ਪਹਿਲ ਕਦਮੀ ਕਾਰਨ ਉਸ ਦੇ ਮਾਪੇ ਕਨਿਆ ਨੂੰ ਆਪਣਾ ਜਵਾਈ ਵਜੋਂ ਅਪਣਾਉਣ ਲਈ ਤਿਆਰ ਹੋ ਜਾਂਦੇ ਨੇ ਤਾਂ ਨਾਵਲ ਦੀ ਕਹਾਣੀ ਦਾ ਪਹਿਲਾ ਪੜਾ ਆਪਣੇ ਸੁਖਮੰਤਕ ਅੰਤ ਨਾਲ ਸਮਾਪਤ ਹੁੰਦਾ ਵਿਖਾਈ ਦਿੰਦਾ ਹੈ ਨਾਵਲ ਮੁੱਖ ਤੌਰ ਤੇ ਦੇਸ਼ ਦੀ ਪ੍ਰਬੰਧਕੀ ਤੇ ਨਿਆਂਕ ਵਿਵਸਥਾ ਦੀਆਂ ਕੁਝ ਕੌੜੀਆਂ ਸਚਾਈਆਂ ਤੇ ਖਾਮੀਆਂ ਨੂੰ ਨੰਗਾ ਕਰਨ ਦੇ ਉਦੇਸ਼ ਨਾਲ ਜੁੜਿਆ ਹੋਇਆ ਹੈ ਇਸ ਲੈ ਨਾਵਲ ਦੀ ਕਹਾਣੀ ਦਾ ਅਗਲਾ ਪੜਾ ਵਿਵਸਥਾ ਦੇ ਮਾਰੇ ਪ੍ਰਬੰਧ ਤੇ ਅਣਿਆ ਨੂੰ ਉਭਾਰਨ ਲਈ ਇਸ ਮਿਹਨਤੀ ਤੇ ਅਮਨਪਸੰਦ ਜੋੜੇ ਨੂੰ ਵੱਡੀਆਂ ਮੁਸੀਬਤਾਂ ਦਾ ਸ਼ਿਕਾਰ ਬਣਿਆ ਵਿਖਾਉਂਦਾ ਹੈ ਨਾਵਲ ਦੀ ਨਾਇਕਾ ਮੀਨਾ ਆਦਰਸ਼ਿਕ ਪਤਨੀ ਦੀ ਭੂਮਿਕਾ ਨਿਭਾਉਂਦੀਆਂ ਹਰ ਤਰ੍ਹਾਂ ਨਾਲ ਆਪਣੇ ਪਤੀ ਤੇ ਸਹੁਰੇ ਪਰਿਵਾਰ ਦੀ ਇੱਜ਼ਤ ਮਾਣ ਚ ਵਾਦਾ ਕਰਦੀ ਹੈ ਉਹ ਕਨਿਆਦੀ ਨੌਕਰੀ ਛੁੱਟਣ ਤੋਂ ਬਾਅਦ ਨਾ ਕੇਵਲ ਉਸ ਦੇ ਮੋਢੇ ਨਾਲ ਮੋਢਾ ਲਾ ਕੇ ਆਰਥਿਕ ਮਹਾਜਦ ਤੇ ਲੜਦੀ ਹੈ ਸਗੋਂ ਉਸ ਨੂੰ ਫਿਰ ਤੋਂ ਆਰਥਿਕ ਤੌਰ ਤੇ ਆਪਣੇ ਪੈਰਾਂ ਤੇ ਖੜਾ ਕਰਨ ਦੇ ਮਾਮਲੇ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ ਸ਼ਹਿਰ ਵਿੱਚ ਹੋਈ ਡਕੈਤੀ ਦੀ ਘਟਨਾ ਸਮੇਂ ਇੱਕ ਪਰਿਵਾਰ ਦੇ ਚਾਰ ਜੀਆਂ ਦੇ ਮਾਰੇ ਜਾਣ ਤੇ ناول ਦੀ ਕਹਾਣੀ ਇੱਕ ਅਜੀਹਾ ਅਣਕਿਆਸਾ ਮੋੜ ਘਟਦੀ ਹੈ ਕਿ ਮੀਨਾ ਦੀ ਸਾਰੀ ਮਿਹਨਤ ਤੇ ਪਾਣੀ ਫਿਰ ਜਾਂਦਾ ਹੈ। ਸਰਕਾਰ ਤੇ ਇਸ ਡਕੈਤੀ ਅਤੇ ਕਤਲਾਂ ਲਈ ਜ਼ਿੰਮੇਵਾਰ ਮੁਜਰਮਾਂ ਨੂੰ ਗ੍ਰਿਫਤਾਰ ਕਰਨ ਦਾ ਸਿਆਸੀ ਦਬਾਅ ਵਧਦਾ ਹੈ ਤਾਂ ਸੂਬੇ ਦਾ ਮੁੱਖ ਮੰਤਰੀ ਪੁਲਿਸ ਅਧਿਕਾਰੀਆਂ ਤੇ ਆਪਣਾ ਦਬਾਅ ਵਧਾਉਂਦੇ ਆ ਹੁਕਮ ਚਾਰ ਦਿੰਦਾ ਹੈ ਕਿ ਹਰ ਹਾਲ 'ਚ ਇਹਨਾਂ ਮੁਜਰਮਾਂ ਨੂੰ 5 ਦਿਨਾਂ ਚ ਗ੍ਰਿਫਤਾਰ ਕੀਤਾ ਜਾਵੇ ਇੱਥੇ ਇਹ ਲੁਕਵਾ ਸੱਚ ਸਾਹਮਣੇ ਆਉਂਦਾ ਹੈ ਕਿ ਜਦੋਂ ਅਸਲ ਮੁਲਜ਼ਮ ਪੁਲਿਸ ਦੇ ਹੱਥਾਂ ਨਾ ਲੱਗਣ ਤਾਂ ਉਹ ਬੇਦੋਸ਼ੇ ਲੋਕਾਂ ਨੂੰ ਮੁਲਜ਼ਮ ਸਿੱਧ ਕਰਨ ਲਈ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੀ ਹੈ ਇਸ ਨਾਵਲ ਵਿੱਚ ਵੀ ਪੁਲਿਸ ਵੱਲੋਂ ਇਹੀ ਪੁਰਾਣਾ ਹਥਕੰਡਿਆ ਅਪਣਾਇਆ ਜਾਂਦਾ ਹੈ ਤੇ ਕੇਸ ਦੀ ਜਾਂਚ ਕਰ ਰਿਹਾ ਪੁਲਿਸ ਅਧਿਕਾਰੀ ਦਵੇਦੀ ਟੈਕਸੀ ਚਲਾ ਕੇ ਇਮਾਨਦਾਰੀ ਨਾਲ ਜੀਵਨ ਬਤਰ ਕਰ ਰਹੇ ਕਨਿਆ ਨੂੰ ਮੁਜਰਮ ਸਾਬਤ ਕਰਕੇ ਵਿਭਾਗੀ ਤਰੱਕੀ ਹਾਸਲ ਕਰ ਲੈਂਦਾ ਹੈ ਦੋਸਤੋ ਮੀਨਾ ਔਖੇ ਤੋਂ ਔਖੇ ਹਾਲਾਤ ਚੋਂ ਗੁਜ਼ਰਦਿਆਂ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਆਪਣੇ ਪਤੀ ਨੂੰ ਬੇਗੁਨਾਹ ਸਾਬਤ ਕਰਨ ਦੀ ਲੜਾਈ ਲੜਦੀ ਹੈ ਤਾਂ ਨਾਵਲ ਦਾ ਪਾਠਕ ਇਹ ਅਨਮੋਲ ਲਾਉਣ ਲੱਗਦਾ ਹੈ ਕਿ ਇਸ ਲੜਾਈ 'ਚ ਅੰਤਮ ਜਿੱਤ ਕਨਈਆ ਦੀ ਸਟਾਈ ਦੀ ਹੋਵੇਗੀ ਜਾਂ ਪੁਲਿਸ ਸੁਪਰਡੈਂਟ द्विवेदी ਦੇ ਝੂਠ ਦੀ ਨਾਵਲਕਾਰ ਇੱਥੇ ਪਾਠਕਾਂ ਨੂੰ ਕਨਈਆ ਵਰਗੇ ਸੱਚੇ ਬੰਦਿਆਂ ਦੇ ਵਿਰੋਧ 'ਚ ਭੁਗਤਦੀ ਇਹ ਨਿਆਂਈ ਵਿਵਸਥਾ ਦਾ ਤੀਬਰ ਅਹਿਸਾਸ ਕਰਾਉਣਾ ਚਾਹੁੰਦਾ ਹੈ ਇਸ ਲਈ ਹੇਠਲੀਆਂ ਅਦਾਲਤਾਂ ਵਾਂਗ ਸੁਪਰੀਮ ਕੋਰਟ ਵੀ ਕਨਈਆ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਦੀ ਹੈ ਚਾਹੇ ਨਾਵਲ ਦੇ ਅੰਤ ਤੇ ਮੀਨਾ ਆਪਣੇ ਪਤੀ ਨੂੰ ਫਾਂਸੀ ਦੇ ਤਖਤੇ ਤੱਕ ਪਹੁੰਚਾਉਣ ਤੇ ਉਸ ਤੋਂ ਬਾਅਦ ਉਸ ਦੀ ਮਾਸੂਮਤੀ ਦੀ ਇੱਜ਼ਤ ਨਾਲ ਖਿਲਵਾੜ ਕਰਨ ਵਾਲੇ ਪੁਲਿਸ ਸੁਪਰਡੈਂਟ द्विवेदी ਨੂੰ ਮਾਰ ਕੇ ਇੱਕ ਬਦੀ ਦਾ ਖਾਤਮਾ ਕਰ ਦਿੰਦੀ ਹੈ ਪਰ ਇਸ ਦਾ ਖਮਿਆਜਾ ਉਸ ਨੂੰ ਹੀ ਨਹੀਂ ਸਗੋਂ ਉਸ ਦੀਆਂ ਮਾਸੂਮ ਧੀਆਂ ਨੂੰ ਵੀ ਚੁਕਾਉਣਾ ਪੈਂਦਾ ਹੈ ਜੋ ਆਪਣੀ ਮਾਂ ਦੇ ਜੇਲ੍ਹ ਚੜੇ ਜਾਣ ਤੋਂ ਬਾਅਦ ਪੂਰੀ ਤਰ੍ਹਾਂ ਯਤੀਮ ਹੋ ਜਾਂਦੀਆਂ ਨੇ ਦੋਸਤੋ ਇਸ ਨਾਵਲ ਚ ਕਹਾਣੀ ਦਾ ਸੁਕਮਾਲਦ ਹੈ ਨਾਵਲ ਦੀ ਚਾਲ ਬੜੀ ਤੇਜ਼ ਹੈ ਇਸ ਨਾਵਲ ਚ ਨਾ ਤਾਂ ਵਾਧੂ ਕਟਨਾਵਾਂ ਦਾ ਖਲਾਰਾ ਹੈ ਤੇ ਨਾ ਹੀ ਵਾਧੂ ਪਾਤਰਾਂ ਦੀ ਭਰਮਾਰ ਹੈ ਸਾਰੇ ਪਾਤਰ ਨਾਵਲ ਦੀ ਕਹਾਣੀ ਦੀਆਂ ਉਦੇਸ਼ਾਤਮਕ ਲੋੜਾਂ ਮੁਤਾਬਕ ਹੀ ਆਪਣੇ ਕਾਰਜ ਖੇਤਰ 'ਚ ਵਿਚਰਦੇ ਨੇ ਭਾਵੇਂ ਨਾਵਲ ਦੀਆਂ ਘਟਨਾਵਾਂ 'ਚ ਨਾਟਕੀ ਤੱਤ ਭਰੂ ਹੈ ਤੇ ਮੀਨਾ ਯਥਾਰਥਿਕ ਪਾਤਰ ਨਾਲੋਂ ਅਦ੍ਰਸ਼ਕ ਪਾਤਰ ਵੱਧ ਵਿਖਾਈ ਦਿੰਦੀ ਹੈ ਪਰ ਕੁੱਲ ਮਿਲਾ ਕੇ ਇਹ ਨਾਵਲ ਮਨੁੱਖਤਾਵਾਦੀ ਸੋਚ ਵਾਲੇ ਚੰਗੇ ਨਾਵਲਾਂ 'ਚ ਆਪਣਾ ਸਥਾਨ ਬਣਾਉਣ 'ਚ ਸਫਲ ਰਿਹਾ ਹੈ ਮੈਂ ਇਸ ਨਾਵਲ ਦੇ ਲੇਖਕ ਭਪਿੰਦਰ ਸਿੰਘ ਰੈਣਾ ਨੂੰ ਹਾਰਦਿਕ ਮੁਬਾਰਕਬਾਦ ਦਿੰਦਾ ਹਾਂ